ਸਮਾਗਮ ਤੇ ਇਕੱਠੇ ਹੋਏ ਆ ਸਾਰਿਆਂ ਤੋਂ ਪਹਿਲਾਂ ਗੁਰੂ ਫਤਿਹ ਅਰਜ ਹੈ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਮਝਾਉਣਾ ਕਰਦੀ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਾਹੇ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ ਕਿਤੇ ਗੁਰਬਾਣੀ ਸਮਝਾਉਣਾ ਕਰਦੀ ਹੈ ਜੋ ਉਪਜੇ ਉਹ ਸੋ ਬਿਰਸ ਹੈ ਪਰੇ ਉਹ ਅੱਜ ਕੈ ਕਾਲ ਨਾਨਕ ਹਰ ਗੁਣ ਗਾਏ ਦੇ ਛਾੜ ਸਗਲ ਜੰਜਾਲ। ਕਿਤੇ ਗੁਰੂ ਸਾਹਿਬ ਕਹਿੰਦੇ ਹੈ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਸਭਨਾ ਸਹੁਰੇ ਬੰਝਣਾ ਸਭ ਮਕਲਾ ਬਣਹਾਰ। ਅੱਜ ਦਾ ਜੋ ਸਮਾਗਮ
ਜਿਹੜਾ ਕਿ ਸਾਡੇ ਅੱਤ ਦੇ ਪਿਆਰੇ ਲੋਕ ਪੱਖੀ ਅਤੇ ਇਮਾਨਦਾਰ ਔਫਿਸਰ ਸਰਦਾਰ ਮਨਜੀਤ ਸਿੰਘ ਜੀ ਏਆਈਐਸਏ ਸਾਹਿਬ ਦੇ ਸੋਗ ਸਮਾਗਮ 'ਤੇ ਆਪਾਂ ਇਕੱਠੇ ਹੋਏ ਹਾਂ। ਗਰਮੀ ਵੀ ਬਹੁਤ ਜ਼ਿਆਦਾ ਪਰ ਪਰਿਵਾਰ ਕੋਲ ਵਿਰਾਸਤ ਵੀ ਬਹੁਤ ਵੱਡੀ ਹੈ। ਇਹ ਬਹੁਤ ਹੀ ਅਹਿਮ ਸੰਵੇਦਨਸ਼ੀਲ ਬਹੁਤ ਹੀ ਵੱਡਾ ਗਿਆਨ ਇਹ ਪਰਿਵਾਰ ਤੋਂ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਇਸ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਇਲਾਕੇ ਨੂੰ। ਜਥੇਦਾਰ ਕਰਤਾਰ ਸਿੰਘ ਜੀ ਜਿਹੜੇ ਜਾਣ ਪਹਿਚਾਣ ਦੇ ਮੁਥਾਜ ਨਹੀਂ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਇਲਾਕੇ ਦੇ ਵੱਡੇ ਸਮਾਜ ਸੇਵੀ ਕੰਮ ਕੀਤੇ, ਨਗਰ ਦਾ ਵੱਡਾ ਭਲਾ ਕੀਤਾ, ਵੱਡੀ ਪੱਧਰ 'ਤੇ ਦਾਨ ਦੇਣ ਵਾਲਿਆਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਸੀ। ਜਿਤਨਾ ਚੇਤੇ ਸਨ ਸੋ ਗਾਂਧੀ ਰੱਬ ਕੀ ਅੱਜ ਬਾਗ ਬਾਸਾ ਸਾਡੇ ਸਾਰਿਆਂ ਲਈ ਬਹੁਤ ਸਤਿਕਾਰਯੋਗ ਸਰ ਮਨਜੀਤ ਸਿੰਘ ਜੀ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਅੱਜ ਆਪਾਂ ਸਾਰੇ ਜੁੜੇ ਹਾਂ। ਆਪ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਦੀ ਸਾਂਝ ਪਾਈਏ, ਸਾਰੀ ਸੰਗਤ ਫਤਿਹ ਬਣਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮਨਜੀਤ ਸਿੰਘ ਜੀ ਇੱਕ ਬਹੁਤ ਹੀ ਚੰਗੇ ਇਨਸਾਨ ਸਨ। ਸਰਦਾਰ ਮਨਜੀਤ ਸਿੰਘ ਜੀ ਜਿੱਥੇ ਦੁਨੀਆਂ ਨੂੰ ਗਏ ਨੇ ਉਹ ਬਹੁਤ ਵੱਡਾ ਇੱਕ ਨਾਮ ਕਮਾ ਕੇ ਗਏ ਨੇ। ਬੇਸ਼ੱਕ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਜਾਣ ਦੇ ਨਾਲ ਘਾਟਾ ਪਿਆ, ਪਰ ਜੋ ਕੁਝ ਅਜਿਹੇ ਲੱਛਣ ਸੱਜ ਗਏ ਨੇ, ਸਾਡੇ 'ਚ ਗੁਣ ਸੱਜ ਗਏ ਨੇ ਜਿਨ੍ਹਾਂ ਨੂੰ ਅਸੀਂ ਅਪਣਾਉਣਾ ਅਤਿ ਜ਼ਰੂਰੀ ਸਮਝਾਂਗੇ। ਮਨ ਤੋਂ ਜੋਤ ਸਰੂਪ ਹੈ, ਹਰ ਇੱਕ ਦੇ ਨਾਲ ਨਿਮਰਤਾ ਦੇ ਨਾਲ ਬੋਲਦਾ ਸੀ, ਹਰ ਇੱਕ ਦੇ ਨਾਲ ਹਲੀਮੀ ਦੇ ਨਾਲ ਗੱਲ ਕਰਦਾ ਸੀ। ਅੱਜ ਉਹਦੀਆਂ ਯਾਦਾਂ ਸਾਡੇ ਲਈ ਬੜਾ ਸਾਨੂੰ ਸਮੇਂ ਸਮੇਂ 'ਤੇ ਦੁੱਖ ਹੁੰਦਾ। ਮੈਂ ਕਈ ਵਾਰੀ ਟੈਲੀਫੋਨ 'ਤੇ ਜਦੋਂ ਗੱਲ ਕਰਨੀ, ਡੇਢ ਮਹੀਨਾ ਪਹਿਲਾਂ ਮੈਂ ਕਿਹਾ ਵੀ ਮੇਰੇ ਕੋਲ ਰਿਪੋਰਟਾਂ ਭੇਜ ਦੇ, ਤੂੰ ਮੈਂ ਆਪੇ ਇਹ ਰਿਪੋਰਟਾਂ ਦਿਖਾ ਕੇ ਤੇਰਾ ਕੋਈ ਇਲਾਜ ਕਰਾਵਾਂਗੇ। ਪਰ ਉਹਦਾ ਇਹੀ ਜਵਾਬ ਹੁੰਦਾ ਸੀ, ਜਥੇਦਾਰ ਜੀ ਅੱਜ ਮੈਂ ਚੰਡੀਗੜ੍ਹ ਜਾ ਰਿਹਾ, ਵਾਪਸ ਆ ਕੇ ਮੈਂ ਤੁਹਾਡੇ ਕੋਲ ਰਿਪੋਰਟਾਂ ਭੇਜਣੀਆਂ। ਇਸ ਦੁਨੀਆਂ ਤੋਂ ਜਾਣ ਤੋਂ 2 ਦਿਨ ਪਹਿਲਾਂ ਸਾਡੇ ਕੋਲ ਫੋਟੋ ਸਟੇਟ ਪਹੁੰਚੀ, ਪਰ ਜਿਹੜਾ ਸਮਾਂ ਸੀ, ਸਮਾਂ ਅਤੇ ਸਥਾਨ ਆ ਜਿਹੜਾ ਉਹ ਜਨਮ ਤੋਂ ਪਹਿਲਾਂ ਨਿਸ਼ਚਿਤ ਕੀਤਾ ਜਾਂਦਾ ਹੈ, ਮਰਨਾ ਲਿਖਾਏ ਮੰਡਲ ਮੇ ਆਏ। ਸੋ ਇਸ ਲਈ ਸਰਦਾਰ ਮਨਜੀਤ ਸਿੰਘ ਨਿਮਰਤਾ ਦਾ ਪੁੰਜ ਸੀ, ਉਹਦੇ ਜਿਹੜੇ ਗੁਣ ਤੇ ਉਹ ਸਾਨੂੰ ਗ੍ਰਹਿਣ ਕਰਨੇ ਚਾਹੀਦੇ ਨੇ। ਇਸ ਪਰਿਵਾਰ ਦਾ ਪੰਥਕ ਸਭਾ ਦੇ ਵਿੱਚ ਬਹੁਤ ਵੱਡਾ ਨਾਂ ਹੈ। ਤਰਸੇਮ ਸਿੰਘ ਜੀ ਭੱਠਲ ਸਾਹਿਬ ਨੇ ਜ਼ਿਕਰ ਕੀਤਾ, ਪੰਥ ਨੂੰ ਬਹੁਤ ਵੱਡੀ ਦੇਣ ਹੈ, ਪਰ ਅੱਜ ਸਾਨੂੰ ਇਸ ਗੱਲ ਨੇ ਝਾਤੀ ਮਾਰਨ ਦੀ ਲੋੜ ਆ। ਬਾਬਾ ਸੁਖਵਿੰਦਰ ਸਿੰਘ ਜੀ ਟਿੱਬੇ ਵਾਲੇ ਵੀ ਹੈਕ ਦੇ ਕੇ ਗਏ ਨੇ ਕਿ ਸਿੱਖ ਕੌਮ ਦੀ ਗ੍ਰਾਫ ਕਿਉਂ ਹੋ ਰਹੀ ਹੈ। ਔਰ ਜਿਸ ਦਿਨ ਬਾਬਾ ਕਰਤਾਰ ਸਿੰਘ ਜੀ, ਸਰਦਾਰ ਮੇਜਰ ਸਿੰਘ ਜੀ, ਸਰਦਾਰ ਹਰਦਿਆਲ ਸਿੰਘ ਜੀ ਔਰ ਉਹਨਾਂ ਦੇ ਲਾਇਕ ਸਪੁੱਤਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀਆਂ ਦੇ ਅੰਤਮ ਅਰਦਾਸ ਦੇ ਜੁੜ ਬੈਠੇ ਹੋ। ਕਿਲਾ ਵਿਸਰੀਆ
ਜੋ ਮਨ ਜਿਤਨਾ ਜਿਤੇ ਸਨ ਇਕੱਤਰ ਹੋਏ ਆ
सचखंड वासी जथेदार करतार सिंह जी, सरदार मनजीत सिंह जी थानेदार साहब, जो सतगुरां दी दित्ती आग्यां पूरी करते हुए उस मालक दी सदरे ते सतगुरां कोल पहुंचे हन, उन्हां दे निमित्त परिवार अगली चिंत मिटाई, परिवार जलाई, उन्हां दी प्यारी याद विच परिवार वालों सिक्ख्या दी फुलवाड़ी दे विच करके कीर्तन द्वारा सेवा सिमरन द्वारा हर थां तों मां पुरशुरी गुणी ज्ञानी इलाके दियां संगतां पुलिस डिपार्टमेंट के अफीसर साहबान जिन्हां 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 दे मूंह जवानी सुखमनी साहब पंजे वाणियां गुरु ग्रंथ साहब दी पता नहीं किन्नी किन्नी मुहब्बत है प्यार है लोकां च इन्हां दे बजुर्गां ने गुरमुख प्यारे हो गुरमुख दे रस्ते ते चल के समाजिक तौर ते राजनीति इन्हां ने आप इस प्रैक्टिकल विचों निकल के ते दुनिया नूं उस प्रैक्टिकल दा अनुभव करवा रहे सी। सतगुरु महाराज दी मौत दा कोई मरना इहदी तरीक दा सानूं प्यौण भव नहीं, क्योंकि जदों असीं चिट्ठी लिखा के आए सी ना मरन लिखाए मंडल महिखाए उस अवस्था दे विच बैकग्राउंड ਕਿਤੋਂ ਕੋਈ ਮੁੜੇ ਆ ਨਹੀਂ ਤਾਂ ਬਾਹਰ ਗਿਆ ਉਡਾਰੀ ਲੰਬੇ ਪਰਿਵਾਰ ਭੁਲੇਖ ਤਾਂ ਪੈਂਦਾ ਰਹਿਣਾ ਹੀ ਨਹੀਂ, ਬੱਚੇ ਜਿਹੜੇ ਚਾਹੁੰਦਾ ਵੈਸੇ ਪਹਿਲਾਂ ਕਿਹਾ ਵੀ ਉਹਨਾਂ ਮਾਵਾਂ ਦਾ ਦਰਜਾ ਜਿਨ੍ਹਾਂ ਨੇ ਅਵਤਾਰਾਂ ਨੂੰ ਜਨਮ ਦਿੱਤਾ ਹੁੰਦੇ ਆ ਵਿਸ਼ਵ ਦੇ ਵਿੱਚ ਔਰ ਗੁਰਮੁਖ ਪਿਆਰੇ ਹੋ ਬਾਬਾ ਤਾਰੂ ਸਿੰਘ ਵਰਗੇ ਬਾਬਾ ਦੀਪ ਸਿੰਘ ਸ਼ਹੀਦ ਜਿਨ੍ਹਾਂ ਨੇ ਐਸੇ ਨੂੰ ਜਨਮ ਦਿੱਤਾ, ਚੌਥਾ ਦਰਜਾ ਉਹਨਾਂ ਮਾਵਾਂ ਦਾ ਜਿਨ੍ਹਾਂ ਨੇ ਪੁੰਨੀਆਂ ਨੂੰ ਦਾਨੀਆਂ ਨੂੰ ਜਨਮ ਦਿੱਤਾ। ਦਾਨ ਕਰਨਾ ਵਿੱਚ ਬਹੁਤ ਔਖਾ ਕਿਉਂਕਿ ਸਾਡੇ ਖੱਬੇ ਪਾਸੇ ਜੀ ਵਰਸਾ ਰਿਹਾ ਤੇ ਸੱਜੇ ਪਾਸੇ ਇਹਦਾ ਬਹੁਤ ਵੱਡਾ ਕਾਰਨ ਹੈ, ਵਿਗਿਆਨਿਕ ਕਾਰਨ ਹੈ। ਖੱਬੇ ਪਾਸੇ ਜੀਵ ਤਾਂ ਲਾਈਏ ਜੀਵ ਦੇ ਥੱਲੇ ਦੇਲਾ ਦੇਲਾ ਸਾਡੀ ਜੀਵ ਦੇ ਥੱਲੇ ਕਿਸੇ ਨੂੰ ਪਰਮੇਸ਼ਰ ਜੀਵ ਦੇ ਦਿੰਦਾ ਮਾਇਆ ਦੇ ਦਿੰਦਾ ਉਹਨੂੰ ਦਿਲ ਨਹੀਂ ਦਿੰਦਾ। ਜੀਵ ਕਿਸੇ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਵੀ ਜੀਵ ਵੀ ਦੇ ਦਿੱਤੀ ਮਾਇਆ ਵੀ ਦੇ ਦਿੱਤੀ ਤੇ ਦਿਲ ਵੀ ਦੇ ਦਿੱਤਾ ਦਾਨ ਕਰਨ ਵਾਲੇ ਲਾਈਆਂ ਫੈਲੇ ਵਿਦਿਆ ਚਾਨਣ ਨੂੰ ਤਾਂ ਜਿਵੇਂ ਮਰਜ਼ੀ ਦਾਨ ਕਰੀ ਚੱਲੋ, ਮੈਂ ਨਹੀਂ ਕਹਿੰਦਾ ਇੱਥੇ ਜਿੰਨੇ ਮਰਜ਼ੀ ਟੇਕੀ ਚੱਲੋ ਬਹੁਤਾ ਨਹੀਂ ਫਾਇਦਾ ਹੋਣਾ, ਪਰ ਜਿਹੜਾ ਬੂਟਾ ਲਾਉਂਦੇ ਹੁੰਦੇ ਉਹ ਫਲ ਵੀ ਦੇਵੇ ਤੇ ਛਾਂ ਵੀ ਦੇਵੇ ਤੇ ਸ਼ੁਕਰਾਨਾ ਵੀ ਨਹੀਂ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਬਣੀ, ਵਿਦਿਆ ਵਿਚਾਰੀ ਤਾਂ ਜਿਹਨੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਹਾ ਮਹਾਰਾਜ ਤੁਹਾਡੇ ਸਿੱਖ ਗਰੜ ਪ੍ਰਾਣ ਦੀ ਨਰਾਦਰੀ ਕਰਦੇ ਨੇ ਨਹੀਂ ਛੇਠੀ ਮੇਰੇ ਕਹਿੰਦੇ ਤੇ ਦੁਨੀਆਂ ਦੇ ਉੱਤੇ ਸੱਚ ਤੇ ਝੂਠ ਹੈ, ਨੈਗੇਟਿਵ ਐਂਡ ਪੋਜੀਟਿਵ ਦਵੰਦਾਤਮਕ ਹੈ ਔਰ ਦਿਨ ਤੇ ਰਾਤ ਹੈ, ਗੁਰਮੁਖ ਤੇ ਮਨਮੁਖ ਹੈ, ਸੱਚ ਤੇ ਧਾਰਨ ਕਰਦੇ
ਉਹ ਫਿਰ ਉਹਨਾਂ ਨੂੰ 365 ਦਿਨ ਲੱਗਦੇ ਹੈ ਕਿਉਂਕਿ ਗੁਰਬਾਣੀ ਚ ਵੀ ਜ਼ਿਕਰ ਕਰਮ ਧਰਮ ਪਾਖੰਡ ਜੋ ਦੀਸ਼ੈ ਤਿੰਨ ਜਮ ਜਗਾਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਕਹਿੰਦਾ ਜੀ ਜੇ ਇਹ ਗੱਲ ਆ ਵੀ ਮਰਨ ਤੋਂ ਬਾਅਦ 365 ਦਿਨ ਲੱਗਦੇ ਨੇ ਤੇਰੇ ਸਿੱਖ ਅੱਜ ਜਿਉਂਦੇ ਜੀ ਧਰਮ ਰਾਜ ਦੀ ਕਚਹਿਰੀ ਤੱਕ ਇੱਕ ਪਲ ਇੱਕ ਮਿੰਟ ਇੱਕ ਸਟਿੰਟ ਦੇ ਵਿੱਚ ਕਹਿੰਦੇ ਜਾ ਸਕਦੇ ਆ ਫਿਰ ਬਾਬਾ ਜੀ ਚੱਬੇ ਵਾਲੇ ਮਹਾਂਪੁਰਸ਼ ਪੜ੍ਹਾਉਂਦੇ ਹੁੰਦੇ ਸਨ ਇਹ ਬਚਪਨ ਦੀ ਧਾਰਨਾ ਵੇਖ ਸਕੀਏ ਨੀ ਅੰਮ੍ਰਿਤ ਕੁੰਡ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਿਠੇ ਸਭ ਜਾਏ ਤੇ ਬਹਾਦਰ ਸਿਮਰਿਐ ਘਰ ਨੌ ਨਿਤ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਨਾ ਧਿਆਨ ਕਰਕੇ ਮਲਾਓ ਜੀ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਕੀਤਾ ਤਿੰਨਾਂ ਪਿਆਰਿਆਂ ਪਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਮਨ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਓ ਜੀ ਸਿੱਖਾਂ ਦਾ ਮਾਨੀ ਦਾ ਮਤ ਉੱਚੀ ਮਤ ਪਾਤੇ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸਮੂਹ ਗੁਰਦੁਆਰੇ ਗੁਰੂ ਧਾਮਾਂ ਤੋਂ ਜਿਨ੍ਹਾਂ ਤੋਂ ਪਿਆਰੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ
ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਪੰਥ ਨਿਉਟਿਆਂ ਦੀ ਕੋਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸਮਾਗਮ ਤੇ ਇਕੱਠੇ ਹੋਏ ਆ। ਸਾਰਿਆਂ ਤੋਂ ਪਹਿਲਾਂ ਗੁਰੂ ਫਤਿਹ ਅਰਜ ਹੈ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਮਝਾਉਣਾ ਕਰਦੀ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ, ਕਿਤੇ ਗੁਰਬਾਣੀ ਸਮਝਾਉਣਾ ਕਰਦੀ ਹੈ ਜੋ ਉਪਜੇ ਉਹ ਸੋ ਬਿਰਸ ਹੈ ਪਰੇ ਵਾਚ ਕੈ ਕਾਲ। ਨਾਨਕ ਹਰ ਗੁਣ ਗਾਏ ਦੇ ਛਾੜ ਸਗਲ ਜੰਜਾਲ। ਕਿਤੇ ਗੁਰੂ ਸਾਹਿਬ ਕਹਿੰਦੇ ਹੈ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਸਭਨਾ ਸਹੁਰੇ ਬੰਝਣਾ ਸਭ ਮਕਲਾ ਬਣਹਾਰ। ਅੱਜ ਦਾ ਜੋ ਸਮਾਗਮ ਜਿਹੜਾ ਕਿ ਸਾਡੇ ਅੱਤ ਦੇ ਪਿਆਰੇ ਲੋਕ ਪੱਖੀ ਤੇ ਇਮਾਨਦਾਰ ਆਫੀਸਰ ਸਰਦਾਰ ਮਨਜੀਤ ਸਿੰਘ ਜੀ ਏਆਈਐਸਏ ਸਾਹਿਬ ਦੇ ਸੋਗ ਸਮਾਗਮ ਤੇ ਆਪਾਂ ਇਕੱਠੇ ਹੋਏ ਹਾਂ। ਗਰਮੀ ਵੀ ਬਹੁਤ ਜ਼ਿਆਦਾ ਪਰ ਪਰਿਵਾਰ ਕੋਲ ਵਿਰਾਸਤ ਵੀ ਬਹੁਤ ਵੱਡੀ ਹੈ। ਇਹ ਬਹੁਤ ਹੀ ਅਹਿਮ ਸੰਵੇਦਨਸ਼ੀਲ ਬਹੁਤ ਹੀ ਵੱਡਾ ਗਿਆਨ ਇਹ ਪਰਿਵਾਰ ਤੋਂ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਇਸ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਇਲਾਕੇ ਨੂੰ। ਜਥੇਦਾਰ ਕਰਤਾਰ ਸਿੰਘ ਜੀ ਜਿਹੜੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਇਲਾਕੇ ਦੇ ਵੱਡੇ ਸਮਾਜ ਸੇਵੀ ਕੰਮ ਕੀਤੇ, ਨਗਰ ਦਾ ਵੱਡਾ ਭਲਾ ਕੀਤਾ, ਵੱਡੀ ਪੱਧਰ ਤੇ ਦਾਨ ਦੇਣ ਵਾਲਿਆਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਸੀ। ਸਮੇਂ ਦੇ ਸਰਕਾਰ ਨਾਲ ਸੰਬੰਧਿਤ ਮੰਤਰੀ ਸਾਹਿਬਾਨ, ਪੰਥਕ ਆਗੂ ਸਾਹਿਬਾਨ ਜਥੇਦਾਰ ਜੀ ਨੂੰ ਸਿੱਝਦਾ ਕਰਦੇ ਸੀ। ਉਹਨਾਂ ਦੇ ਪਰਮ ਪਿਆਰੇ ਮਿੱਤਰ ਜਥੇਦਾਰ ਜੀਵਨ ਸਿੰਘ ਜੀ ਉਮਰਾ ਨੰਗਲ, ਜਿਹੜੇ ਕਿ ਮਾਲ ਮੰਤਰੀ ਸੀਗੇ, ਉਹਨਾਂ ਨੇ ਉਹਨਾਂ ਦੇ ਨਾਲ ਪੱਗ ਵਟਾਈ ਸੀ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਉਹਨਾਂ ਦੇ ਪਰਮ ਮਿੱਤਰਾਂ ਦੇ ਵਿੱਚੋਂ ਸੀ। ਉਹਨਾਂ ਨੇ ਆਪਣਾ ਜੀਵਨ ਬਹੁਤ ਹੀ ਵੱਡੀ ਇਮਾਨਦਾਰੀ ਅਤੇ ਬੜਾ ਵੱਡਾ ਵਿਲੱਖਣ ਜੀਵਨ ਜਿਉਇਆ ਕਿਉਂਕਿ ਜਿਹੜਾ ਇਹ ਪਰਿਵਾਰ ਹੈ ਇਹ ਰੋਸ਼ਨ ਮਨਾਰਾ ਹੈ, ਇਹ ਮਾਰਗ ਦਰਸ਼ਨ ਕਰਦਾ, ਇੱਥੋਂ ਸੇਧ ਮਿਲਦੀ ਹੈ। ਅਸੀਂ ਅੱਜ ਇੱਥੇ ਖੜ੍ਹੇ ਹਾਂ, ਇਹ ਪਰਿਵਾਰ ਜਿਹੜਾ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਮੋਹਰੀ ਰਿਹਾ, ਜਿਹਨੂੰ ਜੈਤੋ ਦੇ ਮੋਰਚੇ ਦੇ ਵਿੱਚ ਮੋਹਰੀ ਰਿਹਾ, ਜਿਹੜਾ ਧਰਮਜੁੱਧ ਮੋਰਚੇ ਦੇ ਵਿੱਚ ਮੋਹਰੀ ਰਿਹਾ, ਪੰਜਾਬ ਦੇ ਲਈ ਪਲ ਪਲ ਦੇ ਪਰਿਵਾਰ ਨੇ ਦੇਣ ਦਿੱਤੀ ਹੈ। ਇੱਥੋਂ ਬੜਾ ਕੁਝ ਸਿੱਖਣ ਨੂੰ ਮਿਲਣਾ ਕਿਉਂਕਿ ਸਰਦਾਰ ਮਨਜੀਤ ਸਿੰਘ ਜਿਹਨਾਂ ਨੂੰ ਮਹਿਕਮੇ ਦੇ ਵਿੱਚ ਬਾਬਾ ਨਾਂ ਦੇ ਨਾਂ ਜਾਣਿਆ ਜਾਂਦਾ ਸੀ, ਇਸ ਪਰਿਵਾਰ ਦਾ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਜੇ ਨਾਮ ਚੱਲਦਾ ਤਾਂ ਕਿਹਾ ਜਾਂਦਾ ਸਿੱਖਾਂ ਦਾ ਪਰਿਵਾਰ। ਬੜਾ ਵੱਡਾ ਸਿੱਖ ਬਣਨਾ, ਸਿੱਖਾਂ ਦੀ ਜਿਹੜੀ ਫੀਸ ਹੈ ਉਹ ਸਿਰਾਂ ਦੀ ਫੀਸ ਹੈ। ਅੱਜ ਇਹ ਪਰਿਵਾਰ ਜਿਹੜਾ ਵਧਿਆ ਫੁੱਲਿਆ ਜਿਹਦੇ ਪਿੱਛੇ ਕਾਰਨ ਹੈ ਉਹ ਸੇਵਾ ਹੈ, ਇਮਾਨਦਾਰੀ ਹੈ, ਪਰਉਪਕਾਰ ਹੈ। ਜਿਨ੍ਹਾਂ ਦੀ ਬੋਲੀ ਪਰਵਾੜੀ ਅੱਜ ਇਸ ਜਗ੍ਹਾ 'ਤੇ ਬੈਠੇ ਹਾਂ ਇਹ ਵੀ ਪਰਿਵਾਰ ਵੱਲੋਂ ਵੱਡੀ ਦੇਣ ਹੈ। 7.5 ਕਿੱਲੇ ਜ਼ਮੀਨ ਵਿੱਦਿਆ ਨੂੰ ਦਾਨ ਕੀਤੀ। ਸਰਦਾਰ ਮਨਜੀਤ ਸਿੰਘ ਦੇ ਮਾਤਾ ਜੀ ਜਿਹੜੇ ਕਿ ਧਨੌਲਾ ਪਰਿਵਾਰ ਦਾ ਉੱਚਾ ਅਤੇ ਸੁੱਚਾ ਪਰਿਵਾਰ ਕਲੇਰ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਸੀ, ਉਹਨਾਂ ਦੀ ਪਿੰਡ ਦੇ ਵਿੱਚ ਬੜੀ ਵੱਡੀ ਮਹਿਮ ਹੈ, ਇਲਾਕੇ ਦੇ ਵਿੱਚ ਧਨੌਲਾ ਪਰਿਵਾਰ ਦੀ ਵੱਡੀ ਵੱਡੀ ਮਹਿਮ ਹੈ। ਉਹਨਾਂ ਦੀ ਇੱਕ ਭੈਣ ਸਾਡੇ ਪਿੰਡ ਪੱਠਲਾਂ ਵਿਆਹੀ ਸੀ, ਉਹ ਪਰਿਵਾਰ ਦੀ ਵੀ ਬੜੀ ਮਹਿਮ ਹੈ। ਮੇਰੇ ਸਾਹਮਣੇ ਪੁਲਿਸ ਡਿਪਾਰਟਮੈਂਟ ਸਾਡੇ ਸਾਰਿਆਂ ਲਈ ਬਹੁਤ ਸਤਿਕਾਰਯੋਗ ਸਰ ਮਨਜੀਤ ਸਿੰਘ ਜੀ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਅੱਜ ਆਪਾਂ ਸਾਰੇ ਜੁੜੇ ਹਾਂ।
आप सब तो पहला गुरु की फतेह की सांझ पाई है, सारी संगत फतेह बनाओ। वाहिगुरु जी का खालसा, वाहिगुरु जी की फतेह। साहब मनजीत सिंह जी एक बहुत ही चंगे इंसान सन। मेरे तो पहला साहब तरसेम सिंह जी पठन, उन्होंने साहब मनजीत सिंह बारे ते इस परिवार ते खानदान बारे बहुत ही विस्तार दे विच सानू दस्या गया। बहुत ही नेक इंसान सन साहब मनजीत सिंह। उन्हां दे जान दा घाटा केवल इस परिवार नूं नहीं बल्कि समुचे इलाके नूं उन्हां दे जान दा बहुत वड्डा घाटा पिया। जे इह गल कह लईए कि साडा इलाका एक बहुत ही चंगी शख्सियत तों वांझा हो गया। सरदार मनजीत सिंह जी जिथे दुनिया नूं गए ने वह बहुत वड्डा एक नाम कमा के गए। बेशक परिवार नूं सानू सारयां नूं उन्हां दे जाण दे नाल घाटा पिया, पर जो कुछ अजिहे लक्षण सज गए ने, सारे गुण सज गए ने जिन्हां नूं असीं अपनाउणा अति जरूरी समझांगे। मन तों जोत स्वरूप है, जिन्हें अपने मूल नूं पछाण लिया वह समाज की सेवा करन दे लायक हुंदा है। गुरमुख जन्म सुभाग भर के चलिया, सच्चे उन्हें गुरमुखां वाला जीवन बतीत कीता। हर एक दे नाल निमरता दे नाल बोलदा सी, हर एक दे नाल लीमी दे नाल गल करदा सी। अज उहदियां यादां साडे लई बड़ा सानू समें समें ते दुख हुंदा। मैं कई वारी टैलीफोन ते जदों गल करनी, डेढ़ महीना पहला मैं कहा भी मेरे कोल रिपोर्टां भेज दे तूं, मैं आपे इह रिपोर्टां दिखा के तेरा कोई इलाज करावांगी। पर उहदा इही जवाब हुंदा सी, जथेदार जी अज मैं चंडीगढ़ जा रहा, वापस आके मैं तुहाडे कोल रिपोर्टां भेजूंगा। इस दुनिया को जान तो दो दिन पहला साडे कोल फोटो स्टेट पहुंची, पर जिहड़ा समां सी, समां ते स्थान आ जिहड़ा उह जन्म तो पहला निश्चित किया जाता है, मरना लिखाए मंडल में। सो इसलिए सरदार मनजीत सिंह निम्रता का पुंजती उहदे जिहड़े गुण थे ਉਹ ਸਾਨੂੰ ਗ੍ਰਹਿਣ ਕਰਨੇ ਚਾਹੀਦੇ ਨੇ। ਇਸ ਪਰਿਵਾਰ ਦਾ ਪੰਥਕ ਸਭਾ ਦੇ ਵਿੱਚ ਬਹੁਤ ਵੱਡਾ ਨਾਂ ਹੈ। ਤਰਸੇਮ ਸਿੰਘ ਜੀ ਭੱਠਲ ਸਾਹਿਬ ਨੇ ਜ਼ਿਕਰ ਕੀਤਾ, ਪੰਥ ਨੂੰ ਬਹੁਤ ਵੱਡੀ ਦੇਣ ਹੈ, ਪਰ ਅੱਜ ਸਾਨੂੰ ਇਸ ਗੱਲ ਨੇ ਝਾਤੀ ਮਾਰਨ ਦੀ ਲੋੜ ਆ। ਬਾਬਾ ਸੁਖਵਿੰਦਰ ਸਿੰਘ ਜੀ ਟਿੱਬੇ ਵਾਲੇ ਵੀ ਹੈਕ ਦੇ ਕੇ ਗਏ ਨੇ ਕਿ ਸਿੱਖ ਕੌਮ ਦੀ ਗ੍ਰਾਫ ਕਿਉਂ ਹੋ ਰਹੀ ਹੈ। ਔਰ ਜਿਸ ਦਿਨ ਬਾਬਾ ਕਰਤਾਰ ਸਿੰਘ ਜੀ ਪ੍ਰਤਾਪ ਹੋਸਪਿਟਲ ਦੇ ਵਿੱਚ ਦਾਖਲ ਸੀ, ਮੈਂ ਵੀ ਉਹਨਾਂ ਨੂੰ ਮਿਲ ਗਿਆ। ਉੱਥੇ ਮੈਨੂੰ ਡਾਕਟਰ ਸਾਹਿਬ ਕਹਿੰਦੇ ਕੱਲ੍ਹ ਬਰਨਾਲਾ ਸਾਹਿਬ ਵੀ ਆਏ ਤੇ ਮਿਲ। ਪਰ ਬਾਪੂ ਜੀ ਦਾ ਜਿਹੜਾ ਮਨ ਸੀ ਉਹ ਬੜਾ ਦੁਖੀ ਸੀ। ਦੁਖੀ ਕਿਉਂ ਸੀ? ਅਸੀਂ ਪੰਥ ਲਈ ਕੁਰਬਾਨੀਆਂ ਕੀਤੀਆਂ, ਅਸੀਂ ਪੰਥ ਲਈ ਜੇਲ੍ਹਾਂ ਕੱਟੀਆਂ, ਪਰ ਪੰਥ ਨੂੰ ਮਿਲਿਆ ਕੁਝ ਨਹੀਂ। ਇਹਨਾਂ ਗੱਲਾਂ 'ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਫਿਰ ਹੀ ਭਾਈ ਮਨਜੀਤ ਸਿੰਘ ਜੀ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਹੋ ਸਕਦੇ ਨੇ। ਅਸੀਂ ਗੁਰੂ ਦੀ ਬਾਣੀ ਨੂੰ ਜਿਸ ਤਰ੍ਹਾਂ ਇਹਨਾਂ ਨੇ ਸਰਵੇ ਦੀ ਗੱਲ ਕਰੀ ਆ, ਜਿੰਨਾ ਚਿਰ ਅਸੀਂ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਅਮਲੀ ਜਾਮਾ ਨਹੀਂ ਪਹਿਣਾਉਂਦੇ, ਉਨਾ ਚਿਰ ਪੰਜਾਬ 'ਚ ਸਿੱਖ ਕੌਮ ਤਰੱਕੀ ਨਹੀਂ ਕਰ ਸਕਦੀ। ਇਹਨਾਂ ਨੂੰ ਮੈਂ ਕਹਿੰਦਾ ਮੈਂ ਉਹ ਰੰਗਲੇ ਸੱਜਣ ਨੂੰ, ਕਿਉਂਕਿ ਜਿੱਥੇ ਮੈਂ ਰਿਸ਼ਤੇਦਾਰੀ ਦੇ ਤੌਰ 'ਤੇ ਵੱਡੇ ਥਾਂ ਲੱਗਦਾ ਸੀ, ਪਰ ਉਹ ਮੈਨੂੰ ਬੜਾ ਪਿਆਰ ਨਾਲ ਜਥੇਦਾਰ ਜੀ ਸਰਪੰਚ ਜੀ ਕਹਿ ਕੇ ਫੋਨ ਕਰਦਾ ਸੀ। ਬੜੀ ਹਲੀਮੇ ਦੀ, ਬੜੀ ਨਿਮਰਤਾ ਦੀ, ਸਾਨੂੰ ਉਹਦੇ ਗੁਣ ਜਿਹੜੇ ਨਿਮਰਤਾ ਵਾਲੇ ਨੇ ਇਹ ਗ੍ਰਹਿਣ ਕਰਨੇ ਚਾਹੀਦੇ ਨੇ ਅਤੇ ਸਭ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਅਤੇ ਗੁਰੂ ਦੀ ਬਾਣੀ 'ਤੇ ਸਾਨੂੰ ਪਹਿਰਾ ਦੇਣਾ ਚਾਹੀਦਾ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲਾਬੂਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਪਰਿਵਾਰ ਦੇ ਬਾਰੇ ਵਿੱਚ ਬੇਅੰਤ ਸ਼ਬਦ ਇੱਥੋਂ ਬੋਲੇ ਗਏ ਹੈ, ਪਰ ਜਿਹੜੀ ਇਹ ਸੇਵਾ, ਇਹ ਚੰਗਾ ਵਿਹਾਰ ਵਿਚਾਰ ਪਹਾੜ ਜਿਹੜਾ ਗਰੀਬ ਬੱਚੀ ਨੂੰ ਦਿੱਤਾ ਜਾਇਆ ਕਰੂੰਗਾ। ਜਦ ਵੀ ਕਿਤੇ ਗਰੀਬ ਬੱਚੀ ਦਾ ਦਾਨ ਵਜੋਂ ਦਿਆ ਕਰਨ, ਇਹ ਪਰਿਵਾਰ ਅਤੇ ਸਾਡੇ ਵੀਰ ਸਾਡੇ ਬਹੁਤ ਹੀ ਪਰਮ ਮਿੱਤਰ ਸਰਦਾਰ ਮਨਜੀਤ ਸਿੰਘ ਕੁਲਵੰਤ ਸਿੰਘ ਜੀ ਕੀਤੂ ਸਾਹਿਬ ਉਹ ਪਹੁੰਚੇ ਹੈ, ਉਹਨਾਂ ਦਾ ਧੰਨਵਾਦ। ਸਟੇਜ ਤੋਂ ਲੰਬੇ ਸਮੇਂ ਤੋਂ ਲੈ ਕੇ ਬਾਬਾ ਜੀ ਨੇ ਕੀਰਤਨ ਉਪਦੇਸ਼ ਰਾਹੀਂ ਸੈਕਟਰੀ ਸਾਹਿਬ ਨੇ ਇਸ ਪਰਿਵਾਰ ਸਰਦਾਰ ਮੇਜਰ ਸਿੰਘ ਜੀ, ਸਰਦਾਰ ਸਤਿਆਲ ਸਿੰਘ ਜੀ ਔਰ ਉਹਨਾਂ ਦੇ ਲਾਇਕ ਸਪੁੱਤਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀਆਂ ਦੇ
ਅੰਤਮ ਅਰਦਾਸ ਦੇ ਵਿੱਚ ਜੁੜ ਬੈਠੇ ਹੋ। ਪਿਆਰਿਓ, ਆਪ ਮਹਾਂਪੁਰਸ਼ਾਂ ਦੇ ਪਾਸੋਂ ਔਰ ਵੱਖ ਵੱਖ ਬੁਲਾਰਿਆਂ